ਦੋਸਤੋ ਤੁਸੀਂ ਖਬਰਾਂ ਸੁਣੀ ਹੈ ਕਰੋਨਾ ਵਾਇਰਸ ਦੇ ਬਾਰੇ। ਕਰੋਨਾ ਵਾਇਰਸ ਦੁਨੀਆ ਵਿੱਚ ਫੈਲ ਰਿਹਾ ਹੈ, ਚਾਈਨਾ ਤੋਂ ਸ਼ੁਰੂ ਹੋ ਕੇ ਅੱਜ US, ਕੈਨੇਡਾ, ਫਰਾਂਸ, ਆਸਟ੍ਰੇਲੀਆ, ਈਵਨ ਇੰਡੀਆ ਵੀ ਇਸ ਬਿਮਾਰੀ ਪਹੁੰਚ ਚੁੱਕੀ ਹੈ। ਸੋ ਇਸ ਨੂੰ ਦੇਖਦੇ ਹੋਏ ਏਅਰਪੋਰਟ ਵਿੱਚ ਵੀ ਹੈਲਥ ਹੈਜ਼ਰਡ ਡਿਕਲੇਅਰ ਹੋ ਚੁੱਕੀ ਹੈ, ਹਵਾਈ ਜਹਾਜ਼ਾਂ 'ਚ ਵੀ ਕਾਫੀ ਪ੍ਰਿਕੋਸ਼ਨਰੀ ਟਰੈਵਲ ਚੱਲ ਰਿਹਾ। ਸੋ ਅਸੀਂ ਜੋ ਇੱਕ ਇੰਡੀਆ ਦੀ ਟ੍ਰਿਪ ਬਾਰੇ ਡਿਸਾਈਡ ਕਰ ਚੁੱਕੇ ਸੀ ਪਹਿਲਾਂ, 1 ਮਹੀਨੇ ਤੋਂ ਪਹਿਲਾਂ ਐਕਚੁਅਲੀ। ਆਈ ਵਾਜ਼ ਸਪੋਜ਼ ਟੂ ਬੀ ਦੇਅਰ ਔਨ ਫੈਬਰੀ 11th। ਮੈਂ ਇਹ ਟ੍ਰਿਪ ਨਹੀਂ ਕਰ ਸਕਦਾ, ਵੀ ਹੈਵ ਟੂ ਪੋਸਟਪੋਨ ਦਿਸ ਟ੍ਰਿਪ। ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੰਸਲਟੇਸ਼ਨ ਦਿੱਤੀ ਹੋਈ ਹੈ ਉਹਨਾਂ ਨੂੰ ਆਪਾਂ ਰਿਫੰਡ ਕਰ ਦਿਆਂਗੇ। ਜੇਕਰ ਤੁਸੀਂ ਕੰਸਲਟੇਸ਼ਨ ਲੈਣੀ ਹੈ ਓਵਰ ਦ ਫੋਨ ਔਰ ਵਟਸਐਪ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਜੇਕਰ ਤੁਸੀਂ ਕਹੋਗੇ ਜੇ ਨਹੀਂ ਕਰਨੀ ਤੇ ਆਪਾਂ ਤੁਹਾਡੀ ਰਿਫੰਡ ਕਰ ਦਿਆਂਗੇ ਜੋ ਫੀਸ ਤੁਸੀਂ ਦਿੱਤੀ ਹੈ। ਸੋ ਆਈ ਅਪੋਲੋਜਾਈਜ਼ ਕਿ ਮੈਂ ਨਹੀਂ ਆ ਸਕਦਾ ਇਸ ਵਕਤ। ਐਂਡ ਵੈਨ ਦ ਥਿੰਗ ਨਾਰਮਲਾਈਜ਼ਸ ਮੇ ਬੀ ਆਫਟਰ 1 ਔਰ 2 ਮੰਥਸ, ਫਿਰ ਆਪਾਂ ਟ੍ਰਿਪ ਨੂੰ ਇਹਦੀ ਡੇਟਸ ਨੂੰ ਕਰਾਂਗੇ, ਐਨਲਾਈਜ਼ ਕਰਾਂਗੇ। ਠੀਕ ਹੈ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ। ਆਈ 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 ਸਿੰਸੀਅਰਲੀ ਅਪੋਲੋਜਾਈਜ਼ ਫੋਰ ਦਿਸ ਅਨਪ੍ਰੈਸੀਡੈਂਟਿਡ ਸਿਚੁਏਸ਼ਨ ਵਿਚ ਇਜ਼ ਨਾਟ ਇਨ ਮਾਈ ਕੰਟਰੋਲ। ਨੋਬਡੀ ਵੁੱਡ ਹੈਵ ਐਂਟੀਸਪੇਟਿਡ ਕਿ ਬਿਮਾਰੀ ਇੰਨੀ ਛੇਤੀ ਇਸ ਤਰ੍ਹਾਂ ਫੈਲ ਜਾਏਗੀ। ਈਵਨ ਕੈਨੇਡਾ ਵਿੱਚ ਵੀ ਬਿਮਾਰੀ ਹੁਣ ਆ ਚੁੱਕੀ ਹੈ, BC, ਵੈਨਕੂਵਰ, ਟੋਰਾਂਟੋ, ਅਲਬਰਟਾ, ਹਰ ਜਗ੍ਹਾ ਬਿਮਾਰੀ ਫੈਲ ਚੁੱਕੀ ਹੈ। So I apologize, I cannot make it to India this time. Thank you.